ਨਸ਼ੇ ਤੋਂ ਦੂਰ ਰਹਿਣ ਇਹ ਮਕਸਦ ਹੈਗਾ ਹੋਰ ਕੋਈ ਮਕਸਦ ਨਹੀਂ ਕੋਈ ਦਬਾਅ ਦੀ ਗੱਲ ਨਹੀਂ ਜੀ ਹਾਂ ਬਿਸ਼ਨੋਈ ਸਮਾਜ ਤੇ ਜੰਗਲੀ ਜੀਵ ਪ੍ਰੇਮੀਆਂ ਨੇ ਲਾਰੈਂਸ ਬਿਸ਼ਨੋਈ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਬੇਸ਼ੱਕ ਲਾਰੈਂਸ ਬਿਸ਼ਨੋਈ ਇਸ ਸਮੇਂ ਜੇਲ੍ਹ ਦੇ ਵਿੱਚ ਹੈ ਇਹ ਤੇ ਬਿਸ਼ਨੋਈ ਸਮਾਜ ਦੇ ਵੱਲੋਂ ਤੇ ਉਸ ਦੇ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਸਰਬਸੰਮਤੀ ਦੇ ਨਾਲ ਲਾਰੈਂਸ ਬਿਸ਼ਨੋਈ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਲਾਰੈਂਸ ਦੇ ਪਿੰਡ ਦਤਾਰਾਂ ਵਾਲੀ ਦੇ ਵਿੱਚ ਬਿਸ਼ਨੋਈ ਸਮਾਜ ਤੇ ਹੋਰ ਸੁਸਾਇਟੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਤੇ ਸਰਬਸੰਮਤੀ ਦੇ ਨਾਲ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਜੰਗਲੀ ਜੀਵ ਪ੍ਰੇਮੀਆਂ ਸਮੇਤ ਬਿਸ਼ਨੋਈ ਭਾਈਚਾਰੇ ਤੇ ਸਮਾਜ ਦੇ ਹੋਰ ਅਧਿਕਾਰੀਆਂ ਵੱਲੋਂ 올 인디아 와일드라이프 프로텍션 ਬਿਸ਼ਨੋਈ ਸਭਾ ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਹੈ ਜਿਸ ਲਈ ਇੱਕ ਨਾਮਜ਼ਦਗੀ ਪੱਤਰ ਵੀ ਜਾਰੀ ਕੀਤਾ ਹੈ ਲਾਰੈਂਸ ਨੂੰ ਹਾਲ ਹੀ ਦੇ ਵਿੱਚ ਹਿੰਦੂ ਸੈਨਾ ਦੇ ਵੱਲੋਂ ਫੌਜ ਦਾ ਕੌਮੀ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ ਦੱਸਦੀ ਹੈ ਕਿ ਲਾਰੈਂਸ ਦੇ ਪਿੰਡ ਦੁਤਾਰਾ ਵਾਲੀ ਦੇ ਵਿੱਚ ਹੀ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ ਇਸ ਸੰਬੰਧਿਆ ਬੋਹਰ ਦੇ ਬਿਸ਼ਨੋਈ ਮੰਦਿਰ ਦੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਮ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਇੱਥੇ ਰਮੇਸ਼ ਬਿਸ਼ਨੋਈ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਜੰਗਲੀ ਜਾਨਵਰਾਂ ਨੂੰ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ ਉਸੇ ਤਰ੍ਹਾਂ ਨੌਜਵਾਨਾਂ ਤੇ ਬਿਸ਼ਨੋਈ ਭਾਈਚਾਰੇ ਦੇ ਅਧਿਕਾਰੀਆਂ ਤੋਂ ਇਲਾਵਾ 36 ਬਰਾਦਰੀਆਂ ਦੇ ਪੱਦਾ ਅਧਿਕਾਰੀਆਂ ਤੋਂ ਇਲਾਵਾ ਜੰਗਲੀ ਜੀਵ ਪ੍ਰੇਮੀ ਵੱਲੋਂ ਵੀ ਲਾਰੈਂਸ ਬਿਸ਼ਨੋਈ ਨੂੰ ਯੁਵਾ ਮੋਰਚਾ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਫੈਸਲਾ ਸਰਬਸੰਮਤੀ ਦੇ ਨਾਲ ਹੋਇਆ ਹੈ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਨਾਮ ਸਦਕੀ ਸਬੰਧੀ ਪੱਤਰ ਵੀ ਇੱਕ ਜਾਰੀ ਕੀਤਾ ਗਿਆ ਹੈ ਜੋ ਪਿੰਡ ਵਾਲੇ ਹੱਜ ਫੜ ਕੇ ਦਿਖਾਉਂਦੇ ਹੋਏ ਨਜ਼ਰ ਵੀ ਆਏ ਨੇ ਉਹਨਾਂ ਨੇ ਕਿਹਾ ਕਿ ਪੱਤਰ ਦੇ ਵਿੱਚ ਤਸਦੀਕ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪਿੰਡ ਦੁਤਾਰਾ ਵਾਲੀ ਤਹਿਸੀਲ ਬੋਹਰ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਨੂੰ 올 ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਕੌਮੀ ਪ੍ਰਧਾਨ ਬਣਾਇਆ ਗਿਆ ਹੈ ਲਾਰੈਂਸ ਬਿਸ਼ਨੋਈ ਨੂੰ ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਤੇ ਸਲਮਾਨ ਖਾਨ ਵਿੱਚ ਚੱਲੀ ਚੱਲ ਰਹੀ ਤਕਰਾਰ ਨੂੰ ਲੈ ਕੇ ਵੀ ਗੱਲ ਹੋਈ ਹੈ ਜਿੱਥੇ ਮੁਰਤੋਂ ਮਾਫੀ ਮੰਗਣ ਦੀ ਗੱਲ ਦੁਹਰਾਈ ਗਈ ਹੈ ਇੱਥੇ ਲਾਰੈਂਸ ਬਿਸ਼ਨੋਈ ਦੇ ਹੀ ਪਰਿਵਾਰਿਕ ਮੈਂਬਰ ਦੇ ਵੱਲੋਂ ਇਹ ਮੁਰਤੋਂ ਦੁਹਰਾਇਆ ਗਿਆ ਹੈ ਕਿ ਲਾਰੈਂਸ ਦੇ ਵੱਲੋਂ ਸਲਮਾਨ ਖਾਨ ਨੂੰ ਸਿਰਫ ਮਾਫੀ ਮੰਗ ਲਈ ਗਿਆ ਹੈ ਜੇਕਰ ਉਹ ਮਾਫੀ ਮੰਗ ਲੈਂਦੇ ਨੇ ਤਾਂ ਇਸ ਤਰੀ ਤਕਰਾਰ ਖਤਮ ਹੋ ਸਕਦੀ ਹੈ ਇੱਥੇ ਵੀ ਜ਼ਾਹਰ ਕੀਤਾ ਗਿਆ ਹੈ ਕਿ ਇਹ ਫੈਸਲਾ ਨਾ ਤਾਂ ਕਿਸੇ ਦਬਾਅ ਦੇ ਵਿੱਚ ਲਿਆ ਗਿਆ ਹੈ ਬਲਕਿ ਲੌਰੈਂਸ ਬਿਸ਼ਨੋਈ ਦੇ ਕੰਮਾਂ ਨੂੰ ਦੇਖ ਕੇ ਨੌਜਵਾਨਾਂ ਨੂੰ ਲੌਰੈਂਸ ਦੇ ਨਾਲ ਜੋੜਨ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਇਹ ਜਿਹੜਾ ਇੱਕ ਕੱਲ ਬਿਸ਼ਨੋਈ ਸਮਾਜ ਦੀ ਤੇ ਅਖਿਲ ਭਾਰਤੀ ਜੀਵਿਕਸ਼ਾ ਬਿਸ਼ਨੋਈ ਸਭਾ ਤੇ ਸਮਾਜ ਦੀ ਜਿੱਤੇ 26 ਬਰਾਦਰੀ ਨਾਲ ਸੀਗੇ ਸਾਰੇ ਇੱਕ ਲੋਕਾਂ ਦੀ ਭਾਵਨਾ ਸੀਗੀ ਕਿ ਆਪਾਂ ਜਿਹੜੇ ਆ ਉਹ ਲੋਰੈਂਸ ਇੰਨਾ ਕਰ ਰਿਹਾ ਹੈ ਤੇ ਆਪਾਂ ਕਿਉਂ ਨਹੀਂ ਉਹਨਾਂ ਨੂੰ ਸਸਤਾ ਵੀ ਜੋੜੀਏ ਤੇ ਉਹ ਅਜ ਕਾਲੇ ਏਨ ਵਾਸਤੇ ਇੰਨਾ ਕੁਝ ਕਰ ਰਿਹਾ ਤੇ ਆਪਾਂ ਵੀ ਕੁਝ ਕਰੀਏ ਤੇ ਕੱਲ ਮੀਟਿੰਗ ਦੇ ਵਿੱਚ ਇਹ ਤੈ ਹੋਇਆ ਕਿ ਲੋਰੈਂਸ ਬਿਸ਼ਨੋਏ ਨੂੰ ਕੋਈ ਐਮ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਪ੍ਰਧਾਨ ਜੀ ਦੀ ਸ਼ੁਕਰਤੀ ਤੋਂ ਸਮਾਜ ਦੇ ਉਹਦੇ Rajasthan ਦੇ ਅਖਿਲ ਭਾਰਤੀ ਜੀਵ ਰਖਸ਼ਾ ਬਿਸ਼ਨੋਏ ਸਵਾ Rajasthan ਪ੍ਰਦੇਸ਼ ਦੇ ਅਧਿਖ ਵੀ ਆਇਓ ਸੀ ਪੰਜਾਬ ਦੇ ਅਖਿਲ ਭਾਰਤੀ ਜੀਵ ਰਖਸ਼ਾ ਬਿਸ਼ਨੋਏ ਸਭਾ ਦੇ ਪ੍ਰਦੇਸ਼ ਦੇ ਅਧਿਖ ਸੀ ਬਾਕੀ ਬਹੁਤ ਜ਼ਿਆਦਾ ਜਿਹੜੇ ਹੈ ਸਮਾਜ ਦੇ ਉਹਦੇ ਚ ਇਹ ਨਹੀਂ ਬਿਸ਼ਨੋਏ ਨਹੀਂ ਦੂਸਰੀ ਜਿਹੜੀ ਹੈ ਛਤੀਸਗੜ੍ਹ ਦੇ ਚ ਲੋਕ ਆਏ ਤੇ ਫਿਰ ਇੱਕ ਨਿੰਨੇ ਜਿਹੜਾ ਹੈ ਇੱਕ ਸਰਬਸੰਮਤੀ ਨਾਲ ਲਿਆ ਕਿ ਲਾਰੈਂਸ ਬਿਸ਼ਨੋਏ ਨੂੰ ਅਖਿਲ ਭਾਰਤੀ ਜੀਵ ਰਖਸ਼ਾ ਬਿਸ਼ਨੋਏ ਸਭਾ ਦੇ ਯੂਵਾ ਮੋਰਚਾ ਦੀ ਜਿਹੜੀ ਹੈ ਕਮਾਂਡ ਦਿੱਤੀ ਜਾਵੇ ਤਾਕੇ ਜਿਹੜਾ ਯੁਵਾ ਹੈ ਉਹ ਜਿਹੜਾ ਹੈ ਨਸ਼ੇ ਤੋਂ ਦੂਰ ਰਹੇ ਪਰਿਆਵਰਣ ਤੋਂ ਜਿਹੜੀ ਅੱਜ ਮੰਗ ਹੈਗੀ ਸਮੇਂ ਦੀ ਉਹਦੇ ਵੀ ਜੁੜੇ ਤੇ ਇਸ ਦੇ ਨਾਲ ਜਿਹੜਾ ਹੈ ਯੁਵਾ ਜਿੰਨਾ ਜੁੜੂਗਾ ਇਹ ਨਸ਼ੇ ਤੋਂ ਦੂਰ ਰਹੂਗਾ ਜਿਵੇਂ ਲੋਰੈਂਸ ਕੋਈ ਨਿਸ਼ਾਨੀ ਕਰ ਰਿਹਾ ਹੈ ਤੇ ਇਹਦੇ ਬਾਸਤੇ ਜਿਹੜਾ ਹੈ ਯੁਵਾ ਇਹਦੇ ਵਿੱਚ ਜੁੜੇਗਾ ਇਹ ਇੱਕ ਸਮਾਜ ਦੀ ਸੋਚ ਸੀ ਇੱਕ ਪਰਿਆਵਰਣ ਪ੍ਰੇਮੀਆ ਦੀ ਸੋਚ ਸੀਗੀ ਤੇ ਐਸੇ ਕਰਕੇ ਜਿਹੜਾ ਇਹਨਾਂ ਨੂੰ ਇਹ ਜਿਹੜੀ ਜਿੰਮੇਵਾਰੀ ਅਖੇਲੀ ਭਾਰਤੀ ਜੀਵ ਰੱਖਿਆ ਬਿਸ਼ਨੋਏ ਸਭਾ ਨੇ ਲੋਰੈਂਸ ਬਿਸ਼ਨੋਏ ਨੂੰ ਅਖੇਲੀ ਭਾਰਤੀ ਜੀਵ ਰੱਖਿਆ ਬਿਸ਼ਨੋਏ ਸਭਾ ਦੇ ਯੂਵਾ ਮੋਰਚੇ ਦੀ ਰਾਸ਼ਟਰੀ ਆਦੇਖਸ ਬਣਾ ਕੇ ਜਿੰਮੇਵਾਰੀ ਦਿੱਤੀ ਹੈ ਦੇਖੋ ਦਬਾਅ ਦੀ ਗੱਲ ਨਹੀਂ ਉਹ ਤਾਂ ਮੈਟਰ ਟੂ ਕੋਰਟ ਹੈ ਬਾਕੀ ਜਿਹੜੀ ਸਮਾਜ ਦੀ ਪਾਉਣਾ ਹੈ ਉਹ ਤਾਂ ਆਲਰੇਡੀ ਚੱਲ ਹੀ ਰਹੀ ਹੈ ਤੇ ਸਮਾਜ ਤਾਂ ਕੋਈ ਦਬਾਅ ਦੀ ਗੱਲ ਨਹੀਂ ਸਮਾਜ ਇਹ ਕਹਿ ਰਿਹਾ ਹੈ ਕਿ ਦੇਖੋ ਜਿਸ ਟਿਮ 360 ਸ਼ਹੀਦ ਹੋਏ ਉਸ ਟਾਈਮ ਵੀ ਰਾਜਾ ਜਿਹੜੇ ਸੀ ਗਿਰਦਾਦਾਸ ਆਪਣੇ ਰਾਜਾ ਹਵੇ ਸਿੰਘ ਉਹ ਵੀ ਸਮਾਜ ਚ ਆ ਕੇ ਉਹਨਾਂ ਨੇ ਮਾਫੀ ਮੰਗੀ ਤਾਂ ਬਾ ਜਿਹੜਾ ਇੱਕ ਨੋਟੀਫਿਕੇਸ਼ਨ ਜਿਹਨੂੰ ਆਪਾਂ ਤਾਮਾ ਪੱਤਰ ਕਹਿ ਦਈਏ ਉਹ ਜਿਹੜਾ ਜਾਰੀ ਕੀਤਾ ਤਾਂ ਇਹਦੇ ਚ ਕੋਈ ਉਹ ਨਹੀਂ ਕੋਈ ਝਕਾਉਣ ਦੀ ਗੱਲ ਨਹੀਂ ਇਹ ਤਾਂ ਸਮਾਜ ਜਿਹੜਾ ਇੱਕ ਸਲਮਾਨ ਖਾਨ ਦੇ ਪਰਿਵਾਰ ਦੇ ਨਾਲ ਤੇ ਸਮਾਜਿਕ ਤਕਰਾਰ ਹੈ ਉਹ ਕਮ ਹੋ ਜਾਵੇ ਉਸ ਤੇ ਵਾਸਤੇ ਬਾਕੀ ਜਿਹੜਾ ਰਹੀ ਬਾਤ ਹੈ ਹਿਰਨ ਸ਼ਿਕਾਰ ਮਾਮਲੇ ਦੀ ਉਹ ਤਾਂ ਦੇਖੋ ਮੈਟਰ ਟੂ ਕੋਰਟ ਹੈ ਕੋਰਟ ਨੇ ਕਰਨਾ ਹੈ ਉਹਦੇ ਸਮਾਜ ਨੇ ਕੋਈ ਫੈਸਲਾ ਨਹੀਂ ਲੈਣਾ ਇਹ ਤਾਂ ਜਿਹੜੀ ਤਕਰੀਰ ਹੈ ਸਲਮਾਨ ਖਾਨ ਪਰਿਵਾਰ ਦੀ ਤੇ ਸਮਾਜ ਦੀ ਜਾਂ ਛਤੀਸ਼ ਬਰਾਦਰੀ ਜਿਹੜੀ ਜਿਹੜੇ ਜੰਗਲੀ ਜਾਨਵਰਾਂ ਨੂੰ ਪਰਿਆਵਰਣ ਨਾਲ ਜਿਹੜੇ ਪਿਆਰ ਕਰਦੇ ਨੇ ਉਹਨਾਂ ਦਾ ਨਿਰਣੈ ਹੈ ਕਿ ਮਾਫੀ ਮੰਗੇ ਤੇ ਟਕਰਾਰ ਜਿਹੜੀ ਲੋਰੈਂਸ ਦੀ ਕਰਦੋ ਜਾਂ ਜੀਵ ਰਕਸ਼ਾ ਜਿਨੇ ਵੀ ਪ੍ਰੇਮੀ ਜੀ ਉਹ ਹੈ ਕਿ ਉਹਨਾਂ ਦੀ ਜਿਹੜੀ ਟਕਰਾਰ ਹੈ ਖਾਸ ਕਰਕੇ ਲੋਰੈਂਸ ਦਾ ਨਾਮ ਚੱਲ ਰਿਹਾ ਹੈ ਉਹ ਦੂਰ ਹੋਵੇ ਇਹਦੇ ਵਾਸਤੇ ਜਿਹੜਾ ਹੈ ਇਹ ਲੋਕਾਂ ਦੀ ਸੋਚ ਸੀ ਤੇ ਲੋਕ ਚਾਹੁੰਦੇ ਆ ਵੀ ਮਾਫੀ ਮੰਗਣ ਦੀ ਨਹੀਂ ਕੋਈ ਲੋਰੈਂਸ ਆਪ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਮਾਫੀ ਮੰਗਾਂ ਉਹ ਤਾਂ ਕਹਿੰਦੇ ਸਾਡਾ ਗੁਰੂ ਮੁਰਾਦਾ ਜਿਹੜਾ ਮੁਕਾਮ ਕੋਲ ਸਮਾਦਿ ਸਥਲ ਹੈ ਮੁਕਾਮ 'ਚ ਉੱਥੇ ਜਾ ਕੇ ਮਾਫੀ ਮੰਗੇ ਕਿਸੇ ਬੰਦੇ ਤੋਂ ਉਹ ਨਹੀਂ ਕਹਿ ਰਿਹਾ ਨਾ ਉਹ ਇਹ ਕਹਿ ਰਿਹਾ ਵੀ ਸਾਡੇ ਜਿਹੜੇ ਰਾਸ਼ਟਰੀ ਆਧਿਐਕਸ਼ ਐ ਦਵਿੰਦਰ ਜੀ ਬੂੜਿਆ ਮਹਾਸਭਾ ਦੇ ਉਹਨਾਂ ਤੋਂ ਮਾਫੀ ਮੰਗੇ ਜਾਂ ਸਾਡੇ ਅਖਿਲ ਭਾਰਤੀ ਜੀਵ ਰਕਸ਼ਾ ਬਿਸ਼ਨੋਏ ਸਭਾ ਦੇ ਜਿਹੜੇ ਰਾਸ਼ਟਰੀ ਆਧਿਐਕਸ਼ ਨੇਪਾਲ ਜੀ ਬਗੜੀਆ ਉਹਨਾਂ ਤੋਂ ਮੰਗੇ ਨਹੀਂ ਉਹਨਾਂ ਨੇ ਕਿਹਾ ਸਮਾਦੀਸ਼ਤਲ ਤੇ ਜਾ ਕੇ ਤੇ ਉਥੇ ਮੰਦਰ ਮੰਦਰ ਚ ਜਾ ਕੇ ਮਾਫੀ ਮੰਗੇ ਕਿ ਸਮਾਜ ਸਾਡਾ ਬਹੁਤ ਹੀ ਜਿਹੜਾ ਹੈ ਅੱਛਾ ਸਮਾਜ ਹੈ ਤੇ ਸਾਡੇ ਗੁਰੂ ਬਰਾਦ ਨੇ ਕਿਹਾ ਬਾਹਰੋਂ ਕੋਈ ਦੁਸ਼ਮਣ ਹੁੰਦਾ ਹੈ ਜੇ ਘਰ ਆ ਜਾਂਦਾ ਤਾਂ ਉਹਨੂੰ ਵੀ ਜਿਹੜਾ ਹੈ ਮਾਫ ਕੀਤਾ ਜਾ ਸਕਦਾ ਐਸੀ ਸੋਚ ਜਿਹੜੀ ਹੈ ਅਸੀਂ ਵੀ ਪਹਿਰਾ ਦੇ ਰਹੇ ਹਾਂ ਤੇ ਇਹ ਲੋਰੈਂਸ ਕਹਿ ਰਿਹਾ ਕੋਈ ਦੂਜੀ ਗੱਲ ਉਹਨਾਂ ਨਹੀਂ ਕਹੀ ਦੇਖੋ ਇੱਕ ਸੋਚ ਹੈ ਸਾਰੇ ਕ ਲੋਕਾਂ ਨੇ ਜਿਹੜਾ ਜਿਵੇਂ ਗੱਲ ਕੀਤੀ ਕਿ ਇਸ ਮੌਮ ਨਾਲ ਜੁੜਨ ਨਾਲ ਕਿਉਂਕਿ ਲੋਰੈਂਸ ਦਾ ਪਹਿਲੇ ਦਿਨੋਂ ਏਸੀਬੀ ਉਹ ਨਾਤਾ ਕੋਈ ਨਸ਼ਾ ਕਰ ਰਿਹਾ ਨਾ ਉਹ ਜਿਹੜਾ ਉਹਦੇ ਦਿਮਾਗ 'ਚ ਪਹਿਲੇ ਦਿਨੋਂ ਅਸੀਂ ਵੀ ਮੇਰੇ ਜਿਹੜੇ ਚਾਹੇ ਕਹਿੰਦੇ ਪਿੰਡ ਦੇ ਕਰ ਲੋ ਇਲਾਕੇ ਦੇ ਕਰ ਲੋ ਲੋਕ ਜਿਹੜੇ ਨਸੇ ਤੋਂ ਦੂਰ ਰਹਿਣ ਤੇ ਵਧੀਆ ਕੰਮ ਕਰਨ ਉਹ ਹੀ ਜਿਹੜੀ ਹੈ ਐਸੇ ਕਰਕੇ ਜਿਹੜਾ ਹੈ ਜਿਹੜੀ ਇਹ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਏ ਨੂੰ ਜਿਹੜੀ ਖਿਲਵਾਰਤੀ ਜੀਵ ਰਿਕਸ਼ਾ ਬਿਸ਼ਨੋਏ ਸਭਾ ਨੇ ਜਿਹੜਾ ਰਾਸ਼ਟਰੀ ਅਧਿਐਕਸ਼ ਉਹਦਾ ਜਿਹੜਾ ਯੂਵਾ ਮੋਰਚਾ ਦਾ ਬਣਾਇਆ ਤਾਂ ਉਹਦੇ ਵਾਸਤੇ ਹੈ ਕਿ ਉਹ ਜਿਹੜੇ ਯੂਵਾ ਇਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ ਨਛੇ ਤੋਂ ਦੂਰ ਹੈ ਨਾ ਇਹ ਮਕਸਦ ਹੈਗਾ ਹੋਰ ਕੋਈ ਮਕਸਦ ਨਹੀਂ ਕੋਈ ਦਬਾਅ ਦੀ ਗੱਲ ਨਹੀਂ